वेलकमर वेलकम बैक टू माय चैनल बीएस मास्टर 3 हिस्ट्री दी वीडियो सीरीज ਦੇ ਵਿੱਚ ਆਪਾਂ ਕਵਰ ਕਰਾਂਗੇ ਚੈਪਟਰ ਨੰਬਰ 3 ਦੇ ਸ਼ਾਰਟ ਕੁਐਸ਼ਨ ਇਹ ਪਾਈ ਮਿਸਟੇਕ ਮੇਰੇ ਤੋਂ ਰਹਿ ਗਿਆ ਸੀ ਲੇਕਿਨ ਇਹਦੇ ਵਿੱਚ ਕਾਫੀ ਸਾਰੇ ਇੰਪੋਰਟੈਂਟ ਕੁਐਸ਼ਨ ਹੈ ਤੋਂ 1857 ਦੇ ਵਿਦਰੋਹ ਦੇ ਕੀ ਰੀਜਨ ਸੀ ਕਿਹੜੀਆਂ-ਕਿਹੜੀਆਂ ਸਾਈਟਸ ਸੀ ਇਦੇ ਵਿੱਚ ਆਪਾਂ ਜ਼ਿਕਰ ਕਰਾਂਗੇ ਠੀਕ ਹੈ 1857 ਦੇ ਵਿਦਰੋਹ ਲਈ ਲਾਰਡ ਅਲਹੋਜੀ ਕਿੰਥੇ ਤੱਕ ਜ਼ਿੰਮੇਵਾਰ ਸੀ ਕਿਉਂਕਿ ਜਿਹੜਾ ਹੈ ਇਸਨੇ ਕਿਸੇ ਵੀ ਸਿਧਾਂਤ ਦੀ ਪਰਵਾਹ ਨਹੀਂ ਕੀਤੀ ਲਾਰਡ ਅਲਹੋਜੀ ਨੇ ਲੈਂਪਸ ਨੀਤੀ ਚਲਾਈ ਹੈ ਅਤੇ ਇਹਨੇ ਜ਼ਮੀਨ ਦੀਆਂ ਕੁਰਕੀਆਂ ਵੀ ਕੀਤੀਆਂ ਨੇ ਅਤੇ ਕਿਸੇ ਨੂੰ ਵੀ ਜਿਹੜਾ ਹੈ ਫੋਰ ਐਗਜ਼ਾਮਪਲ ਕਿਸੇ ਦੀ ਅਗਰ ਕੋਈ ਰਾਜਾ ਬੇਔਲਾਦ ਹੁੰਦਾ ਸੀ ਤਾਂ ਉਸ ਦਾ ਜਿਹੜਾ ਹੈ ਉਤਰਾਧਿਕਾਰੀ ਵੀ ਜਿਹੜਾ ਸੀਗਾ ਇਹ ਸਰਕਾਰ ਨੂੰ ਬਣਾਉਂਦਾ ਸੀ ਇਹਨੇ ਪੈਨਸ਼ਨਾਂ ਲੋਕਾਂ ਦੀਆਂ ਮੰਨ ਕਰ ਦਿੱਤੀਆਂ ਸੀ ਰਾਜਿਆਂ ਮਹਾਰਾਜਿਆਂ ਦੀਆਂ ਅਮੀਰਾਂ ਦੀਆਂ ਅਤੇ ਨਾਲ ਹੀ ਅਗਰ ਕਿਸੇ ਕੋਈ ਵੀ ਰਾਜਾ ਹੈਗਾ ਉਸਨੇ ਕੋਈ ਵਾਰਿਸ ਆਪਣਾ ਅਡਾਪਟ ਕਰ ਲਿਆ ਤਾਂ ਇਹ ਉਸ ਨੂੰ ਵੀ ਨਹੀਂ ਸੀ ਮੰਨਦਾ ਹੁੰਦਾ ਠੀਕ ਹੈ ਸੋ ਐਵੇਂ ਦੇ ਵਿਦਰੋਹਾਂ ਦੇ ਕਰਕੇ ਹੀ ਜਿਹੜਾ ਸੀਗਾ ਲਾਰਡ ਡਲਹੌਜੀ ਨੇ ਅੰਗਰੇਜ਼ੀ ਸਾਮਰਾਜ ਦੇ ਪਤਨ ਦਾ ਵੀ ਇਹ ਕਾਰਨ ਬਣਿਆ ਸੋ ਵਿਦਰੋਹ ਦੇ ਕਾਰਨ ਕੀ ਸੀ ਅੰਗਰੇਜ਼ਾਂ ਨੇ સામਰਾਜਵਾਦੀ ਨੀਤੀ ਅਪਣਾਈ ਸੀ ਸਾਰੇ ਭਾਰਤ ਤੇ ਕਬਜ਼ਾ ਕਰ ਲਿਆ ਈਸਾਈ ਧਰਮ ਜ਼ਬਰਦਸਤੀ ਇੱਥੇ ਕਬੂਲ ਕਰਵਾਉਣਾ ਸਟਾਰਟ ਕਰਤਾ ਭਾਰਤੀ ਸੈਨਿਕਾਂ ਨਾਲ ਭੈੜਾ ਸਲੂਕ ਕੀਤਾ ਜਾਂਦਾ ਚਰਬੀ ਵਾਲੇ ਕਾਰਤੂਸ ਯੂਜ਼ ਕਰਨ ਲਈ ਗਿਆ ਜਾਂਦਾ ਸੀ ਸੋ ਤਾਂ ਕਰਕੇ ਵੀ ਵਿਦਰੋਹ ਦੇ ਮੇਨ ਰੀਜ਼ਨ ਸੀ ਰਾਜਨੀਤਿਕ ਕਾਰਨ ਆਪਾਂ 올ੜੀ ਕਵਰ ਕਰ ਚੁੱਕੇ ਹਾਂ ਲੌਂਗ ਚੋ ਤੁਸੀਂ ਉੱਥੋਂ ਕਰ ਸਕਦੇ ਹੋ ਤੇ ਹੁਣ ਕੁਐਸਚਨ ਜਿਹੜਾ ਇੰਪੋਰਟੈਂਟ ਹੈ ਉਹ ਹੈ ਨਾਨਾ ਸਾਹਿਬ ਨਾਨਾ ਸਾਹਿਬ ਕੌਣ ਸੀ ਨਾਨਾ ਸਾਹਿਬ ਪੇਸ਼ਵਾ ਬਾਜੀਰਾਓ ਦੂਜੇ ਨੇ ਗੋਦ ਲਿਆ ਹੋਇਆ ਸੀ ਇਸ ਨੂੰ ਅਤੇ 1818 ਦੇ ਵਿੱਚ ਪੂਨਾ ਦੀ ਸੰਧੀ ਰਹੀ ਬ੍ਰਿਟਿਸ਼ ਸਰਕਾਰ ਨੇ ਪੇਸ਼ਵਾ ਬਾਜੀਰਾਓ ਦੂਜੇ ਅਤੇ ਉਸ ਦੇ ਵਾਰਸਾਂ ਨੂੰ 8 ਲੱਖ ਸਾਲਾਨਾ ਪੈਨਸ਼ਨ ਦੇਣ ਦਾ ਫੈਸਲਾ ਕੀਤਾ ਪਰ ਜਦੋਂ 1851 ਦੇ ਵਿੱਚ ਪੇਸ਼ਵਾ ਦੀ ਮੌਤ ਹੋ ਗਈ ਤਾਂ ਨਾਨਾ ਸਾਹਿਬ ਨੂੰ ਉਹਨਾਂ ਨੇ ਉਸ ਦਾ ਵਾਰਿਸ ਮੰਨਣ ਤੋਂ ਇਨਕਾਰ ਕਰ ਦਿੱਤਾ ਉਹਦੀ ਪੈਨਸ਼ਨ ਵੀ ਬੰਦ ਕਰਤੀ ਅਤੇ ਉਸ ਦਾ ਸਾਮਰਾਜ ਵੀ ਹੜੱਪ ਮੰਦੀ ਕੋਸ਼ਿਸ਼ ਕੀਤੀ ਸੋ ਤਾਂ ਕਰਕੇ ਜਿਹੜਾ ਹੈ ਨਾਨਾ ਸਾਹਿਬ ਵੀ ਬ੍ਰਿਟਿਸ਼ ਸਾਮਰਾਜ ਦਾ ਕਟੜਵੈਰੀ ਬਣ ਗਿਆ ਸੋ ਆਰਥਿਕ ਕਰਨ ਸਮਾਜਿਕ ਕਰਨ ਇਹ ਸਾਰੇ ਤੁਸੀਂ ਲੌਂਗ ਕੁਐਸਚਨ ਚ ਕਰ ਸਕਦੇ ਹੋ ਠੀਕ ਹੈ ਬਾਰ-ਬਾਰ ਨਹੀਂ ਪੜਾਂਗੇ ਜਨਰਲ ਸਰਵਿਸ ਐਨਲਿਸਟਮੈਂਟ ਐਕਟ ਇਹ ਐਕਟ ਵੀ ਇੰਪੋਰਟੈਂਟ ਹੈ 1856 ਦੇ ਵਿੱਚ ਲਾਰਡ ਕਨਿੰਗ ਨੇ ਸਮਾਨ ਸੇਵਾ ਭਾਰਤੀ ਭਰਤੀ ਐਕਟ ਦੇ जख्मਾਂ ਤੇ ਲੂਣ ਛਿੜਕਣ ਦਾ ਕੰਮ ਕੀਤਾ ਇਸ ਐਕਟ ਅਨੁਸਾਰ ਹਰੇਕ ਨਵਾਂ ਭਰਤੀ ਹੋਣ ਵਾਲਾ ਸਿਪਾਹੀ ਉਸ ਤੇ ਸ਼ਰਤ ਲਾਈ ਕਿ ਲੋੜ ਪੈਣ ਤੇ ਉਸ ਨੂੰ ਵਿਦੇਸ਼ਾਂ ਵਿੱਚ ਵੀ ਲੜਨ ਭੇਜਿਆ ਜਾ ਸਕਦਾ ਹੈ ਪਰ ਭਾਰਤੀ ਸੈਨਿਕ ਸਮੁੰਦਰੋਂ ਪਾਰ ਕਰਕੇ ਨਹੀਂ ਸੀ ਜਾਣਾ ਚਾਹੁੰਦੇ ਬਿਕੋਜ਼ ਸਮੁੰਦਰ ਨੂੰ ਪਾਰ ਕਰਨਾ ਪਾਪ ਸਮਝਦੇ ਸੀ ਪਰ ਉਹਨਾਂ ਨੂੰ ਇਹ ਮਜਬੂਰ ਕੀਤਾ ਗਿਆ ਅਤੇ ਮਜਬੂਰ ਹੋ ਕੇ ਸੈਨਿਕਾਂ ਨੂੰ ਅੰਗਰੇਜ਼ਾਂ ਦੇ ਖਿਲਾਫ ਹਥਿਆਰ ਚੁਕਣੇ ਪਏ ਤਾਂ ਇਹ ਐਕਟ ਕਿਹੜਾ ਸੀ ਜਨਰਲ ਸਰਵਿਸ ਐਂਡ ਲਿਸਟਮੈਂਟ ਐਕਟ ਹੁਣ ਚਰਬੀ ਵਾਲੇ ਕਾਰਤੂਸ ਜਾਂ ਫਿਰ ਚਰਬੀ ਵਾਲੇ ਕਾਰਤੂਸ ਵਿਦਰੋਹ ਦੇ ਤਤਕਾਲੀ ਕਾਰਨ ਕਿਵੇਂ ਬਣੇ ਕਿਉਂਕਿ 1856 ਚ ਕੀ ਹੋਇਆ ਸੀ ਅੰਗਰੇਜ਼ਾਂ ਨੇ ਸੈਨਾ ਦੇ ਵਿੱਚ ਐਨ ਫੀਲਡ ਰਾਈਫਲ ਜਾਰੀ ਕੀਤੀਆਂ ਅਤੇ ਇਹਨਾਂ ਤੇ ਗਾਂ ਸੂਰ ਦਾ ਮਾਸ ਲੱਗਾਇਆ ਜਾਂਦਾ ਸੀਗਾ ਇਹ ਇਹਨੂੰ ਰਾਈਫਲ ਦੇ ਵਿੱਚ ਭਰਨ ਤੋਂ ਪਹਿਲਾਂ ਦੰਦਾ ਦੇ ਨਾਲ ਛਿੱਲਣਾ ਪੈਂਦਾ ਸੀ ਪਰ ਜਦੋਂ ਭਾਰਤੀ ਸੈਨਿਕਾਂ ਨੂੰ ਇਹਦਾ ਪਤਾ ਲੱਗਿਆ ਤਾਂ ਕਿਉਂਕਿ ਗਾਂ ਦਾ ਮਾਸ ਹਿੰਦੂਆਂ ਲਈ ਵਰਜਿਤ ਹੈ ਅਤੇ ਸੂਰ ਦਾ ਮਾਸ ਮੁਸਲਮਾਨਾਂ ਲਈ ਵਰਜਿਤ ਹੈ ਸੋ ਇਹ ਪਟਕ ਘੁਟੇ ਅਤੇ ਇਹਨਾਂ ਨੇ ਜਿਹੜਾ ਸੀ ਇਹਨਾਂ ਕਾਰਤੂਸਾਂ ਨੂੰ ਵਰਤਨ ਤੋਂ ਜਵਾਬ ਦਿੱਤਾ ਇਸੇ ਕਰਕੇ ਮੰਗਲ ਪਾਂਡੇ ਨਾਮ ਦਾ ਇਹ ਬ੍ਰਾਹਮਣ ਹਿੰਦੂ ਜਿਹੜਾ ਸੀਗਾ ਉਸਨੇ 1857 29 ਮਾਰਚ ਨੂੰ ਵਿਧਰੋਹ ਕੀਤਾ ਜਿਸ ਨੂੰ ਬੰਗਾਲ ਸੋਰੀ ਬੈਰਕਪੁਰ ਛਾਣੀ ਦੇ ਛਾਉਣੀ ਸੀ ਜਿਹੜੀ ਮੇਰਠ ਦੇ ਵਿੱਚ ਤਾਂ ਉੱਥੇ ਇਹਨੇ ਬਗਾਵਤ ਕੀਤੀ ਮੰਗਲਪਾਂਡੇ ਨੇ ਤੇ ਇਸ ਨੇ ਵਿਦਰੋਹ ਦਾ ਬੀਗਲ বাজਾਇਆ ਤਾਂ ਸੋ ਕੱਲੇ ਜਣੇ ਨੇ ਮੰਗਲਪਾਂਡੇ ਨੇ ਪੂਰਾ ਬੈਰਕਪੁਰ ਛਾਉਣੀ ਹਿਲਾ ਕੇ ਰੱਖ ਦਿੱਤੀ ਸੋ ਬੈਰਕਪੁਰ ਦੀ ਕੜਨਾ ਤਾਂ ਹੁਣੇ ਦੱਸ ਕੇ ਹਟੀਆਂ ਕਿ 29 ਮਾਰਚ 1857 ਨੂੰ ਬੈਰਕਪੁਰ ਛਾਉਣੀ ਮੇਰਠ ਦੇ ਵਿੱਚ ਮੰਗਲ ਪਾਂਡੇ ਨੇ ਚਰਬੀ ਬਣੇ ਕਰਦੂ ਉਸ ਚਲਾਨ ਤੋਂ ਇਨਕਾਰ ਕਰਤਾ ਅਤੇ ਆਪਣੇ ਸਾਥੀਆਂ ਨੂੰ ਵੀ ਕਿਹਾ ਕਿ ਇਸ ਦੀ ਵਰਤੋਂ ਨਹੀਂ ਕਰਨੀ ਅਤੇ ਜਦੋਂ ਉਸ ਦੇ ਵੱਲ ਇੱਕ ਅੰਗਰੇਜ਼ ਅਫਸਰ ਵੱਧ ਰਿਹਾ ਸੀ ਅਫਸਰ ਹਜ਼ਨ ਤਾਂ ਇਸਨੇ ਹਗਸਨ ਹੈ ਪਤਨੀ ਹਗਸਨ ਸਿਗਾ ਦਾ ਨਾਮ ਠੀਕ ਹੈ ਸਪੈਲਿੰਗ ਠੀਕ ਕਰ ਲਿਓ ਤਾਂ ਹਗਸਨ ਨੂੰ ਗੋਲੀ ਮਾਰ ਦਿੱਤੀ ਅਤੇ ਗ੍ਰਿਫਤਾਰ ਕਰਕੇ ਉਸ ਨੂੰ ਵੀ ਜਿਹੜੀ ਸੀਗੀ ਫਾਂਸੀ ਦੀ ਸਜ਼ਾ ਮੰਗਲ ਪਾਂਡੇ ਨੂੰ ਦਿੱਤੀ ਗਈ ਇਸ ਦੇ ਨਾਲ ਕਾਫੀ ਸਾਰੇ ਸੈਨਿਕ ਜਿਹੜੇ ਸੀਗੇ ਵਿਦਰੋਹ ਕਰ ਉਠੇ ਅਤੇ ਕੋਈ ਦਿੱਲੀ ਭੱਜ ਗਿਆ ਕੰਧਾ ਟੱਪ ਟੱਪ ਕੇ ਜਿਹੜਾ ਹੈ ਇਹਨਾਂ ਨੇ ਕਾਫੀ ਸਾਰੇ ਏਰੀਆ ਦੇ ਵਿੱਚ ਸੈਨਿਕ ਦੌੜ ਗਏ ਆ ਮੇਰਠ ਦੀ ਘਟਨਾ ਕਿਵੇਂ ਵਾਪਰੀ ਸੇਮ ਟੂ ਸੇਮ ਜਿਹੜਾ ਆਪਾਂ ਬੈਰਕਪੁਰ ਵਾਲਾ ਕੀਤਾ ਸੇਮ ਘਟਨਾਵਾਂ ਨੇ ਦੋਨੋਂ ਠੀਕ ਹੈ ਸੋ ਚਾਹੇ ਕਰ ਲੋ ਚਾਹੇ ਕਰ ਲੋ ਲੇਕਿਨ ਅਗਰ ਮੇਰਠ ਦੀ ਘਟਨਾ ਆ ਗਈ ਤਾਂ ਤੇ ਵੀ ਆਪਾਂ ਨੇ ਬੈਰਕਪੁਰ ਵਾਲੀ ਲਿਖਣੀ ਹੈ ਬੈਰਕਪੁਰ ਵਾਲੀ ਆ ਗਈ ਤਾਂ ਮੇਰਠ ਕਿਉਂਕਿ ਬੈਰਕਪੁਰ ਮੇਰਠ ਦੇ ਵਿੱਚ ਹੀ ਹੈ ਫਾਈਨ ਹੁਣ ਦਿੱਲੀ ਜਾਂ ਫਿਰ ਆਪਾਂ ਇਹ ਵੀ ਲਿਖ ਸਕਦੇ ਹਾਂ ਕਿ 1857 ਦੇ ਵਿਦਰੋਹ ਚ ਦਿੱਲੀ ਕਿਤਾ ਜਿੰਮੇਵਾਰ ਹਤਾ ਕਿਉਂਕਿ ਦਿੱਲੀ ਦੇ ਉੱਤੇ ਬਹਾਦਰ ਸ਼ਾ ਜਫਰ ਸੀਗਾ ਤਾਂ ਇਹ ਸੈਨਿਕ ਦੌੜ ਕੇ ਉਹਦੇ ਕੋਲੇ ਪਹੁੰਚੇ ਨੇ 11 ਮਈ 1857 ਨੂੰ ਤਾਂ ਥੋੜਾ ਜਿਹਾ ਸੰਘਰਸ਼ ਤੋਂ ਬਾਅਦ ਚ ਇਹਨਾਂ ਨੇ ਦਿੱਲੀ ਤੇ ਕਬਜ਼ਾ ਕਰ ਲਿਆ ਤੇ ਬਹਾਦਰ ਸ਼ਾ ਜਫਰ ਨੂੰ ਆਪਣਾ ਬਾਦਸ਼ਾ ਕੁਸ਼ਿਤ ਕਾਤਾ ਅਤੇ ਬਾਦਸ਼ਾ ਨੂੰ ਕੈਦ ਕਰਕੇ ਫਿਰ ਰੰਗੂਨ ਭੇਜਿਆ ਗਿਆ ਅੰਗਰੇਜ਼ਾਂ ਦੇ ਦੁਆਰਾ ਤੇ ਉਹਦੇ ਦੋਨਾਂ ਪੁੱਤਰਾਂ ਨੂੰ ਗੋਲੀ ਮਾਰ ਕੇ ੜਾ ਦਿੱਤਾ ਗਿਆ ਅਤੇ ਪੋਤਰੇ ਨੂੰ ਵੀ ਕਤਲ ਕਰ ਦਿੱਤਾ ਗਿਆ ਠੀਕ ਹੈ ਸੋ ਕਾਨਪੂਰ ਦਾ 1857 ਦਾ ਵਿਦਰੋਹ ਕਾਨਪੂਰ ਵਾਲੇ ਵਿਦਰੋਹ ਦੇ ਵਿੱਚ ਨਾਨਾ ਸਾਹਿਬ ਸੀ ਪੇਸ਼ਵਾ 바ਜੀਰਾਓ ਦਾ ਮੁੰਡਾ ਤਾਂ ਇਸ ਕੰਮ ਵਿੱਚ ਉਸਨੇ ਸੈਨਾਪਤੀ ਤਾਤੀਆਂ ਟੋਪੇ ਨੇ ਨਾਨਾ ਸਾਹਿਬ ਦਾ ਸਾਥ ਦਿੱਤਾ ਅਤੇ ਕਾਨਪੂਰ ਦੀ ਲੜਾਈ ਵਿੱਚ ਨਾਨਾ ਸਾਹਿਬ ਨੂੰ ਜਰਨਲ ਹਾ ਬਲੌਕ ਨੇ ਹਰਾ ਦਿੱਤਾ ਸੀ ਅਤੇ ਨਾਨਾ ਸਾਹਿਬ ਨੇ ਪਾਲ ਚਲੇ ਗਏ ਤੇ ਤਾਤੀਏ ਟੋਪੇ ਜਿਹੜਾ ਸੀਗਾ ਦੌੜ ਕੇ ਚਾਂਸੀ ਦੀ ਰਾਣੀ ਦੇ ਕੋਲ ਚਲਾ ਗਿਆ। ਲਖਨਊ ਦਾ 1857 ਦਾ ਵਿਦਰੋਹ। ਲਖਨਊ अवਧ ਦੀ ਰਾਸਥਾ ਨਹੀਂ ਸੀ ਹੋਣੀ ਆਪਾਂ ਮੈਪਸ 'ਚ ਵੀ ਪੜ ਕੇ ਹਟੀਆਂ ਤਾਂ अवਧ ਦੀ ਜਨਤਾ ਜਿਹੜੀ ਸੀ ਆਪਣੇ ਨਵਾਬ ਵਾਜੀਦ ਅਲੀ ਸ਼ਾ ਅਤੇ ਬੇਗਮ ਹਜ਼ਰਤ ਮਹਿਲ ਨੂੰ ਆਪਣਾ ਪੂਰਾ ਸਹਿਯੋਗ ਦਿੱਤਾ ਕਿਉਂਕਿ ਅੰਗਰੇਜ਼ਾਂ ਨੇ ਇਸ ਨੂੰ ਬਹੁਤ ਹੀ ਜ਼ਿਆਦਾ ਜਿਹੜਾ ਸੀਗਾ ਇਹਨੂੰ ਕੈਦ ਕਰ ਲਿਆ ਅਤੇ ਇਸ ਦੀ ਜਿਹੜੀ ਵਾਈਫ ਸੀਗੀ ਉਸ ਦੇ ਨਾਲ ਗਲਤ ਸਲੂਕ ਕੀਤਾ ਇਸ ਕਰਕੇ ਜਿਹੜੇ ਸੀਗੇ ਇਹਨਾਂ ਦੀ ਜਨਤਾ ਉਹ ਬਹੁਤ ਹੀ ਜ਼ਿਆਦਾ ਅੰਗਰੇਜ਼ਾਂ ਦੇ ਨਾਲ ਵਿਦਰੋਹ ਕਰਨ ਲੱਗੀ ਅਤੇ ਇਸ ਦੇ ਨਾਲ ਕੀ ਹੋਇਆ ਕਮਾਂਸਨ ਯੁੱਧ ਹੋਇਆ ਅਤੇ ਫਿਰ ਜਿਹੜਾ ਸੀਗਾ ਬਹੁਤ ਸਾਰੇ ਦੇਸ਼ ਭਗਤਾਂ ਨੂੰ ਫਾਂਸੀ ਤੇ ਲਟਕਾ ਦਿੱਤਾ ਗਿਆ ਚਾਂਸੀ ਦੀ ਰਾਣੀ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਚਾਂਸੀ ਦੀ ਰਾਣੀ ਲక్ష్ਮੀਬਾਈ ਸੀ ਉਸ ਦੀ ਕੋਈ ਆਪਣੀ ਔਲਾਦ ਨਹੀਂ ਸੀ ਉਸ ਨੇ ਇੱਕ ਪੁੱਤਰ ਨੂੰ ਗੋਦ ਲੈ ਲਿਆ ਅਤੇ ਗੋਦ ਲੈ ਕੇ ਜਿਹੜਾ ਸੀ ਆਪਣੇ ਬੇਟੇ ਦੇ ਨਾਮ ਤੇ ਸ਼ਾਸਨ ਚਲਾਣ ਲੱਗੀ ਪਰ ਜਿਹੜਾ ਡਲਹੌਜੀ ਸੀਗਾ ਉਸ ਨੇ ਲੈਂਪਰਸ ਦੀ ਨੀਤੀ ਦੇ ਨਾਲ ਰਾਣੀ ਦੇ ਗੋਦ ਲਏ ਪੁੱਤ ਨੂੰ ਵਾਰਿਸ ਮੰਨਣ ਤੋਂ ਜਵਾਬ ਦਿੱਤਾ ਇਸ ਕਰਕੇ ਜਿਹੜਾ ਸੀ ਚਾਂਸੀ ਨੂੰ ਆਪਣੇ ਸਾਹਮਣੇ ਚ ਮਿਲਣ ਲਈ ਉਸਨੇ ਅੰਗਰੇਜ਼ਾਂ ਨੇ ਚਾਂਸੀ ਦੀ ਰਾਣੀ ਤੇ ਹਮਲਾ ਕਰਤਾ ਜਿਹੜੀ ਚਾਂਸੀ ਦੀ ਰਾਣੀ ਸੀ ਉਹ ਵੀ ਅੰਗਰੇਜ਼ਾਂ ਦੀ ਦੁਸ਼ਮਣ ਬਣ ਗਈ ਅਤੇ ਦੋਨਾਂ ਦੇ ਵਿਚਕਾਰ ਜੰਗ ਹੋਇਆ ਤੇ ਰਾਣੀ ਲੜਦੇ ਲੜਦੇ ਬਹਾਦਰੀ ਦੇ ਨਾਲ ਸ਼ਹੀਦ ਹੋ ਗਈ ਬਿਕੋਜ਼ ਉਹਨੂੰ ਸ਼ਸਤਰ ਵਗੈਰਾ ਚਲਾਉਣੇ ਆਉਂਦੇ ਸੀ ਤਲਵਾਰਾਂ ਚਲਾਉਣੀਆਂ ਤੀਰ ਚਲਾਉਣੇ ਆਉਂਦੇ ਸੀ ਹੁਣ ਬਹਾਦਰ ਸ਼ਾਹ ਜਫਰ ਕੌਣ ਸੀ ਮੁਗਲਾਂ ਦਾ ਆਖਰੀ ਸ਼ਾਸਕ ਇਹ ਔਰੰਗਜ਼ੇਬ ਦੇ ਹੀ ਪੁੱਤ-ਪੋਤਿਆਂ ਦੇ ਵਿੱਚੋਂ ਸੀ ਠੀਕ ਹੈ ਸੋ ਅੱਗੇ-ਅੱਗੇ ਸੰਤਾਨਾਂ ਸੀ ਇਹਨਾਂ ਦੀਆਂ ਤਾਂ ਬਹਾਦਰ ਸ਼ਾਹ ਜਿਹੜਾ ਸੀਗਾ ਜਫਰ ਮੁਗਲਾਂ ਦਾ ਆਖਰੀ ਸ਼ਾਸਕ ਸੀ 1837 ਨੂੰ ਸਿੰਘਾਸਨ ਤੇ ਬੈਠਾ 1857 ਤੱਕ ਜਿਹੜਾ ਸੀਗਾ ਰਾਜ ਕੀਤਾ ਉਸ ਤੋਂ ਬਾਅਦ ਜਿਹੜੇ ਵਿਦਰੋਹੀ ਸੀਗੇ 1857 ਦੇ ਵਿਦਰੋਹ ਦੇ ਉਹ ਉਹਨਾਂ ਨੇ ਆ ਕੇ ਇਸ ਨੂੰ ਆਪਣਾ ਬਾਦਸ਼ਾਹ ਘੋਸ਼ਿਤ ਕਰਤਾ ਅਤੇ ਬਹਾਦਰ ਸ਼ਾਹ ਨੇ ਵੀ ਵਿਦਰੋਹ ਚ ਵੱਟ ਛੱਡ ਕੇ ਹਿੱਸਾ ਲਿਆ ਸਾਥ ਦਿੱਤਾ ਭਾਰਤੀਆਂ ਦਾ ਵਿਦਰੋਹੀਆਂ ਦਾ ਸਾਥ ਦੇਣ ਕਰਕੇ ਅੰਗਰੇਜ਼ਾਂ ਨੇ ਉਹਨੂੰ ਕੈਦ ਕਰਕੇ ਰੰਗੂਨ ਭੇਜਤਾ ਉਸ ਦੇ ਪੁੱਤ ਅਤੇ ਪੋਤੇ ਨੂੰ ਮਾਰ ਦਿੱਤਾ ਬਰਮਾ ਵਿਖੇ ਉਸ ਮੋਤ ਹੋ ਗਈ। ਤੋਂ ਚਾਂਸੀ ਰਾਜ ਵਾਲਾ ਕੁਐਸਚਨ ਆਪਾਂ ਕਰ ਚੁੱਕੇ ਹਾਂ ਠੀਕ ਹੈ ਕਿ ਚਾਂਸੀ ਦੇ ਬਾਰੇ ਕੀ ਜਾਣਦੇ ਹੋ? ਤਾਤੀਆ ਟੋਪੇ ਕੌਣ ਸੀ? ਇਹ ਮਹਾਨ ਪੈਟ੍ਰਿਓਟਿਕਾ ਮਹਾਨ ਨੇਤਾ ਹੈਗਾ 1857 ਦੇ ਵਿਦਰੋਹ ਦਾ ਮਰਾਠੀ ਬ੍ਰਾਹਮਣ ਪਰਿਵਾਰ ਦਾ ਸੀ ਇਹ ਇੱਕ ਉੱਗਾ ਸੈਨਾਪਤੀ ਸੀ ਅਤੇ ਇਹ ਸਭ ਤੋਂ ਪਹਿਲਾਂ ਨਾਨਾ ਸਾਹਿਬ ਦੇ ਨਾਲ ਜਿਹੜਾ ਸੀਗਾ ਮਿਲ ਕੇ ਅੰਗਰੇਜ਼ਾਂ ਵਿਰੁੱਧ ਲੜਿਆ ਫੇਰ ਜਿਹੜਾ ਹੈ ਜਦੋਂ ਨਾਨਾ ਸਾਹਿਬ ਨੇ ਪਾਲ ਚਲਾ ਗਿਆ ਤਾਂ ਇਹ ਚਾਂਸੀ ਦੀ ਰਾਣੀ ਕੋਲੇ ਚਾਂਸੀ ਆ ਗਿਆ ਅਤੇ ਚਾਂਸੀ ਦੀ ਰਾਣੀ ਦਾ ਸਾਥ ਦਿੱਤਾ ਅੰਗਰੇਜ਼ਾਂ ਦੇ ਵਿਰੁੱਧ ਠੀਕ ਹੈ? ਇਸਨੇ ਕਦੇ ਵੀ ਆਪਣਾ ਹੌਸਲਾ ਨਹੀਂ ਛੱਡਿਆ ਅਤੇ ਫਿਰ ਅੰਤ ਦੇ ਵਿੱਚ ਅੰਗਰੇਜ਼ਾਂ ਨੇ ਤਾਤੀਆ ਟੋਪੇ ਨੂੰ ਗ੍ਰਿਫਤਾਰ ਕਰ ਲਿਆ ਅਤੇ ਫਾਂਸੀ ਦੇ ਦਿੱਤੀ ਮੱਧ ਪ੍ਰਦੇਸ਼ ਦੇ ਵਿੱਚ ਸ਼ਿਵਪੁਰੀ ਏਰੀਆ ਦੇ ਵਿੱਚ ਇਸ ਤਰ੍ਹਾਂ ਹੀ ਜ਼ਾ ਅੰਤ ਹੋ ਗਿਆ ਉਸ ਤੋਂ ਬਾਅਦ ਜਿਹੜਾ ਕੁਐਸਚਨ ਹੈ ਕਿ 1857 ਦੇ ਵਿਦਰੋਹ ਦੇ ਕੀ ਸਿੱਟੇ ਨਿਕਲੇ ਕਿ ਮੁਗਲਾਂ ਅਤੇ ਪੇਸ਼ਵਾ ਦਾ ਅੰਤ ਹੋ ਗਿਆ ਈਸਟ ਇੰਡੀਆ ਕੰਪਨੀ ਦੇ ਸ਼ਾਸਨ ਦਾ ਅੰਤ ਹੋ ਗਿਆ ਇੰਗਲੈਂਡ ਤੇ ਭਾਰਤ ਦਾ ਬਿਲਕੁਲ ਸਿੱਧਾ ਸਬੰਧ ਸਥਾਪਿਤ ਹੋ ਗਿਆ ਈਸਟ ਇੰਡੀਆ ਕੰਪਨੀ ਜਿਹੜੀ ਸੀ ਬੰਦ ਹੋ ਗਈ ਅਤੇ ਜਿਹੜੇ ਅੰਗਰੇਜ਼ ਹੀ ਥੋੜਾ ਜਿਹਾ ਭਾਰਤੀਆਂ ਪ੍ਰਤੀ ਭਾਰਤੀ ਰਾਜਾਂ ਪ੍ਰਤੀ ਉਦਾਰ ਹੋ ਗਏ ਅਤੇ ਭਾਰਤੀ ਸੈਨਾ ਦਾ ਪੁਨਰਗਠਨ ਕੀਤਾ ਗਿਆ ਫਾਈਨ ਤੇ ਮਹਾਰਾਣੀ ਵਿਕਟੋਰੀਆ ਦਾ ਐਲਾਨ ਕੀ ਹੋਇਆ ਤਾਂ ਇੰਗਲੈਂਡ ਦੀ ਮਹਾਰਾਣੀ ਵਿਕਟੋਰੀਆ ਨੇ 1 ਨਵੰਬਰ 1858 ਦੇ ਵਿੱਚ ਮਹੱਤਵਪੂਰਨ ਘੋਸ਼ਣਾ ਕੀਤੀ ਇਸ ਘੋਸ਼ਣਾ ਦੇ ਅਨੁਸਾਰ ਲਾਰਡ ਕਨਿੰਗ ਜੋ ਕਿ ਭਾਰਤ ਦਾ ਗਵਰਨਰ ਜਨਰਲ ਸੀ ਇਲਾਵਾਦ ਵਿਖੇ ਪੜ੍ਹ ਕੇ ਸੁਣਾਇਆ ਇਸ ਨੇ ਠੀਕ ਹੈ ਜਿਹੜਾ ਗਵਰਨਰ ਜਨਰਲ ਲਾਰਡ ਕਨਿੰਗ ਸੀ ਇਸ ਨੇ ਇਸ ਮਹਾਰਾਣੀ ਦੀ ਜਿਹੜੀ ਵੀ ਘੋਸ਼ਣਾ ਸੀ ਉਹ ਪੜ੍ਹ ਕੇ ਸੁਣਾਈ ਅਤੇ ਇਸ ਘੋਸ਼ਣਾ ਚ ਲਿਖਿਆ ਸੀ ਕਿ ਭਾਰਤੀਆਂ ਨੂੰ ਯੋਗਤਾ ਅਨੁਸਾਰ ਨੌਕਰੀਆਂ ਦਿੱਤੀਆਂ ਜਾਣਗੀਆਂ ਅਤੇ ਜਿਨ੍ਹਾਂ ਸ਼ਾਸਕਾਂ ਕੋਲੇ ਪੁੱਤ ਹੈ ਨਹੀਂ ਉਹਨਾਂ ਨੂੰ ਪੁੱਤ ਲੈਣ ਦੀ ਇਜਾਜ਼ਤ ਗੋਦ ਦਿੱਤੀ ਗਈ ਅਤੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਅੱਜ ਤੋਂ ਬਾਅਦ ਭਾਰਤੀ ਰਿਆਸਤਾਂ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਿਲ ਨਹੀਂ ਕੀਤਾ ਜਾਏਗਾ ਅਤੇ ਅੰਗਰੇਜ਼ਾਂ ਨੇ ਆਪਣੇ ਸਵਾਰਥੀ ਹਿੱਤਾਂ ਕਰਕੇ ਇਹ ਵੀ ਐਲਾਨ ਜਿਹੜਾ ਕੀਤਾ ਸੀ ਰਾਣੀ ਨੇ ਮਹਾਰਾਣੀ ਵਿਕਟੋਰੀਆ ਨੇ ਇਹ ਵੀ ਇਹਨਾਂ ਨੇ ਨਹੀਂ ਸੁਣਿਆ ਫਾਈਨ ਤੇ ਇਹ ਫੋਰਥ ਕੁਐਸਚਨ ਦੇ ਕੁਐਸਚਨ ਆਪਾਂ ਕਰ ਚੁੱਕੇ ਹਾਂ ਨੈਕਸਟ ਚੈਪਟਰ ਦੇ ਕੁਐਸਚਨ ਫਟਾਫਟ ਕਵਰ ਕਰਦੇ ਹਾਂ ਥੈਂਕ ਯੂ ਸੋ ਮੱਚ